ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਟਿੱਕਸ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਪਰੌਠੇ ਬਣਾਉਣ ਲੱਗੇ ਜੀ ਬਿਲਕੁਲ ਆਸਾਨ ਤਰੀਕੇ ਨਾਲ ਕਣਕ ਦਾ ਆਟਾ ਜਿਹੜਾ ਆਪਾਂ ਆ ਇਹ 1.5 ਕੌਲੀ ਆਪਾਂ ਕਣਕ ਦਾ ਆਟਾ ਲੈ ਲਿਆ ਜਿਹਦੇ ਆਪਾਂ ਰੋਟੀ ਬਣਾਉਣੀ ਆ ਮੈਦਾ ਨਹੀਂ ਲਿਆ ਆਪਾਂ ਆਟਾ ਲਿਆ ਇਹ ਲਸਣ ਤੇ ਹਰੀ ਮਿਰਚ ਦੋਨੋਂ ਚੀਜ਼ਾਂ ਆ ਤੇ ਇਹਨਾਂ ਨੂੰ ਆਪਾਂ ਜਿਹੜਾ ਆ ਕ੍ਰਸ਼ ਕਰ ਲਿਆ ਚੰਗੀ ਤਰ੍ਹਾਂ ਚੌਪਰ ਦੇ ਵਿੱਚ ਪਾ ਕੇ ਚੌਪ ਕਰ ਲਿਆ ਸਾਰ ਕੇ ਇਹਨਾਂ ਨੂੰ ਇਹ ਪਾ ਲਿਆ ਜੀ ਨਮਕ ਆٹے ਦੇ ਹਿਸਾਬ ਦੇ ਨਾਲ loon mirch ਆਪਾਂ ਪਾਉਣਾ ਹਲਦੀ ਪਾ ਲਈ ਥੋੜੀ ਜਿਹੀ ਥੋੜਾ ਜਿਹਾ ਆਪਾਂ ਪਾ ਦੱਤਾ ਜੀਰਾ ਪਾਊਡਰ ਥੋੜਾ ਜਿਹਾ ਧਨੀਆ ਪਾਊਡਰ ਤੇ 3 ਚਮਚੇ ਮੈਂ ਦੇਸੀ ਘਿਓ ਦੇ ਪਾਉਣ ਲੱਗੀ ਹਾਂ ਅਗਰ ਮੱਖਣ ਆਏਗਾ ਤਾਂ ਮੱਖਣ ਪਾ ਸਕਦੇ ਹਾਂ 3 ਚਮਚੇ ਹਲਕੇ ਹਲਕੇ ਜਿਹੜੇ ਆ ਉਹ ਮੈਂ ਪਾ ਦਿੱਤੇ ਦੇਸੀ ਘਿਓ ਦੇ ਤੇ ਹੁਣ ਇਹਨਾਂ ਨੂੰ ਪਹਿਲਾਂ ਰੜਾ ਲੈਣੇ ਆ ਸੁੱਕੇ ਇਸ ਤਰ੍ਹਾਂ ਮਸਾਲਿਆਂ ਨੂੰ ਬਹੁਤ ਵਧੀਆ ਜਿਹੜੇ ਆ ਕੂੜਿਆਂ ਦੀ ਤਰ੍ਹਾਂ ਆਪਣੇ ਪਰੌਠੇ ਬਣ ਕੇ ਹੀ ਤਿਆਰ ਹੋਊਗੇ ਹੈਲਦੀ ਵੀ ਹੋਊਗੇ ਤੇ ਟੇਸਟੀ ਵੀ ਹੋਊਗੇ ਬਿਲਕੁਲ ਸੌਖਾ ਤਰੀਕਾ ਅੱਜ ਕੱਲ ਬੱਚਿਆਂ ਤੋਂ ਨਹੀਂ ਬਣਦੇ ਪਰੌਠੇ ਤੇ ਇਸ ਕਰਕੇ ਜਿਹੜੇ ਥੋੜੇ ਜਿਹਾ ਅਪ ਚਿਲੀ ਫਲੈਕਸ ਪਾ ਦਨੇ ਆਪਸ਼ਨਲ ਹੈਗੇ ਤਾਂ ਪਾ ਦੋ ਨਹੀਂ ਤਾਂ ਸਕਿਪ ਕਰ ਦਿਓ ਉਹਨਾਂ ਨੂੰ ਤੇ ਬੱਚਿਆਂ ਤੋਂ ਜਿਹੜੇ ਪਰੌਠੇ ਆ ਉਹ ਨਹੀਂ ਆਟਾ ਹੀ ਨਹੀਂ ਪਹਿਲਾਂ ਗੁੱਜਦਾ ਹੈਗਾ ਤੇ ਇਸ ਕਰਕੇ ਜਿਹੜਾ ਬਿਲਕੁਲ ਸੌਖਾ ਤਰੀਕਾ ਜੋ ਵੀ ਲੂਣ ਮਿਰਚ ਮਸਾਲਾ ਪਾਉਣਾ ਇਹਦੇ ਵਿੱਚ ਤੁਸੀਂ ਰਲਾ ਲਿਆ ਆਟੇ 'ਚ ਤੇ ਹੁਣ ਇਹਦੇ ਵਿੱਚ ਪਾਣੀ ਪਾ ਕੇ ਬਸ ਇਹਨੂੰ ਘੋਲ ਦੇਣਾ ਆਪਾਂ ਚੰਗੀ ਤਰ੍ਹਾਂ ਇਹਨੂੰ ਸੋਡਾ ਕੁਝ ਨਹੀਂ ਆਪਾਂ ਇਹਦੇ ਵਿੱਚ ਪਾਉਣਾ ਨਾ ਦਹੀਂ ਪਾਇਆ ਹਰਾ ਧਨੀਆ ਪਾਤਾ ਤੇ ਹੁਣ ਆਪਾਂ ਪਾਣੀ ਮੈਂ ਜਿਹੜਾ ਆ ਚੋਪਰ ਵਾਲਾ ਜਾਗੋ ਉਹਦੇ ਵਿੱਚ ਪਾ ਲਿਆ ਸੀ ਤੇ ਉਹਦੇ ਵਿੱਚ ਆਪਾਂ ਲਸਣ ਤੇ ਮਿਰਚ ਪੀਸੀ ਸੀ ਇੱਕ ਕੌਲੀ ਭਰ ਕੇ ਮੈਂ ਪਾਤੀ ਆ ਡੇਢ ਕੌਲੀ ਇਹੀ ਆਪਾਂ ਆਟੇ ਦੀ ਲਈ ਆ ਇੱਕ ਕੌਲੀ ਭਰ ਕੇ ਮੈਂ ਪਾਣੀ ਦੀ ਪਾਤੀ ਆ ਤੁਹਾਡੇ ਸਾਹਮਣੇ ਜਿੰਨਾ ਪਾਣੀ ਪਊਗਾ ਆਪਾਂ ਉਹਨਾਂ ਪਾ ਕੇ ਆਟਾ ਤਿਆਰ ਕਰ ਲੈਣਾ ਤੇ ਇੱਕੋ ਲਈ ਆਪਾਂ ਹੋਰ ਪਾ ਲਈ ਆ ਅੱਧੀ ਪਾ ਲਈ ਅੱਧੀ ਰੱਖ ਲਈ ਡੇਢ ਕੋਲੀ ਪੈ ਗਈ ਆਪਣੀ ਪਾਣੀ ਦੀ ਵੀਡੀਓ ਆਪਾਂ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਬਣਾਈ ਦੀ ਹੁੰਦੀ ਛੋਟ ਜਿਹੀ ਰੱਖ ਕੇ ਬਣਾਈ ਦੀ ਆ ਤੇ ਜਿਹੜਾ ਬਚਿਆ ਪਾਣੀ ਉਹ ਵੀ ਦੋ ਕੋਲੀਆਂ ਆਪਣੀਆਂ ਪੂਰੀਆਂ ਪਾਣੀ ਦੀਆਂ ਪੈ ਗਈਆਂ ਤੇ ਹੋਰ ਜਿਹੜਾ ਪਾਊਗਾ ਤੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਨੇ ਜੇ ਪਾਊਗਾ ਤਾਂ ਲੋੜ ਹੋਊ ਪਾ ਲਾਂਗੇ ਤੇ ਆਟੇ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਇਹਦੇ ਵਿੱਚ ਗੁੱਟਲੀਆਂ ਨਹੀਂ ਰਹਿਣੀਆਂ ਚਾਹੀਦੀਆਂ ਗੱਠਾ ਨਹੀਂ ਰਹਿਣੀਆਂ ਚਾਹੀਦੀਆਂ ਅੱਧੇ ਇੱਕ ਕੌਲੀ ਜਿਹੜੀ ਹੋਰ ਆ ਪਾਣੀ ਦੀ ਢਾਈ ਕੌਲੀਆਂ ਹੋ ਗਈਆਂ ਆਪਣੀ ਅੱਧੇ ਕੌਲੀ ਤੋਂ ਵੀ ਘੱਟਈ ਆ ਇਹ ਇਹ ਲਸਣ ਤੇ ਮਿਰਚ ਚੌਪ ਕੀਤੀ ਸੀ ਉਹ ਚ ਤੇ ਉਹਦੇ ਵਿੱਚ ਮੈਂ ਪਾਣੀ ਪਾ ਲਿਆ ਸੀ ਤੇ ਢਾਈ ਕੌਲੀਆਂ ਆਪਣੀ ਪਾਣੀ ਦੀ ਇਹਦੇ ਵਿੱਚ ਪੈ ਗਈਆਂ ਡੇਢ ਕੌਲੀ ਆਟੇ ਦੀ ਢਾਈ ਕੌਲੀਆਂ ਪਾਣੀ ਦੀ ਪੈ ਗਈਆਂ ਇਹਨੂੰ ਟਾ ਕੇ 10 ਮਿੰਟ ਰੱਖ ਦੇਣਾ ਪਰੇ ਕਰਕੇ ਆਪਾਂ ਇਹਨੂੰ ਦੇਖੋ ਐਦਾਂ ਦਾ ਆਪਾਂ ਇਹਨੂੰ ਕੋਲ ਲਿਆ ਆਟੇ ਨੂੰ ਪਤਲਾ ਜਿਹਾ ਬਹੁਤ ਜ਼ਿਆਦਾ ਟੇਸਟੀ ਪਰੌਠੇ ਬਣਦੇ ਆ ਜੀ ਇਹ ਹੱਟੇ ਦੇ ਨਮਕ ਵਾਲੇ ਪੂੜੇ ਕਹਿ ਲਓ ਲਸਣ ਵਾਲੇ ਪੂੜੇ ਕਹਿ ਲਓ ਪਰੋਠੇ ਕਹਿ ਲਓ ਤੇ ਇਹਨੂੰ ਢੱਕ ਕੇ 10 ਮਿੰਟ ਆਪਾਂ ਪਰੇ ਰੱਖਤਾ ਤੇ ਉਧਰ ਆਪਾਂ ਤਵਾ ਜਿਹੜਾ ਆ ਰੱਖਤਾ ਗੈਸ ਤੇ ਤੇ ਇਹਨੂੰ ਆਪਾਂ ਦੇਖ ਲੈਣੇ ਦੇਖੋ ਆਟਾ ਜਿਹੜਾ ਆ ਉਹਨੇ ਸੈੱਟ ਹੋਣਾ ਹੁੰਦਾ ਗੁੰਨ ਕੇ ਵੀ ਆਪਾਂ ਰੱਖੀਦਾ ਆ ਤੇ ਢਾਈ ਕੋਲੀਆਂ ਆਪਣੀਆਂ ਪਾਣੀ ਦੀਆਂ ਚ ਪੈ ਗਈਆਂ ਜੀ ਮਾੜਾ ਜਿਹਾ ਤੇਲ ਜਿਹੜਾ ਤਵੇ ਤੇ ਆਪਾਂ ਲਾ ਕੇ ਸਾਰਾ ਸਾਫ਼ ਕਰ ਦੇਣਾ ਗ੍ਰੀਸ ਕਰ ਦੇਣਾ ਤਵੇ ਨੂੰ ਟਿਸ਼ੂ ਨਾਲ ਸਾਫ਼ ਕਰਦਾ ਵੀਡੀਓ ਮੈਂ ਛੋਟੀ ਰੱਖਣ ਕਰਕੇ ਇਦਾਂ ਬਣਾਉਣੀ ਹੁੰਨੀ ਆ ਇਹਦਾ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਇੱਕ ਕੜਛੀ ਭਾਈ ਆ ਆਪਾਂ ਤੇ ਇਹਨੂੰ ਬਸ ਇਸ ਤਰ੍ਹਾਂ ਆਪਾਂ ਤਵੇ ਨੂੰ ਹਿਲਾ ਦੇਣਾ ਤੇ ਦੂਜੀ ਤਰ੍ਹਾਂ ਵੀ ਆਪਾਂ ਬਣਾ ਕੇ ਦਿਖਾਵਾਂਗੇ ਤੇ ਬਸ ਇਸ ਤਰ੍ਹਾਂ ਇਹਨੂੰ ਗੋਲ ਕਰ ਦੇਣਾ ਆਰਾਮ ਨਾਲ ਹੋ ਜਾਂਦਾ ਕਿਉਂਕਿ ਆਟਾ ਆਪਣਾ ਜਿਹੜਾ ਬਿਲਕੁਲ ਨਰਮ ਪਤਲਾ ਆ ਨਮੇ ਵੀ ਬਰਡੇਟ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਤੇ ਦੇਖੋ ਜਿਹੜਾ ਐਨ ਉੱਪਰ ਫੁੱਲ ਗਿਆ ਸੀ ਪਰੌਣਾ ਆਪਣਾ ਇਸੇ ਕਹਲੇ ਘੱਟ ਲੱਗੇ ਆ ਇਹਨੂੰ ਪਰਟਤਾ ਸੀ ਆਪਾਂ ਕਿਉਂ ਮੈਂ ਲਾ ਦਿੱਤਾ ਕਿਉਂਕਿ ਕਿਹੋ ਵਾਲਾ ਪਸੰਦ ਕਰਦੇ ਆ ਸਾਡੇ ਤੇ ਤੁਸੀਂ ਇਹਨੂੰ ਬਿਨਾ ਕਿਹੋ ਤੋਂ ਬਣਾ ਸਕਦੇ ਆ ਹੈਲਦੀ ਬਣਾਉਣਾ ਇਹਨੂੰ ਬਿਨਾ ਕਿਹੋ ਤੋਂ ਬਣਾ ਸਕਦੇ ਬਿਲਕੁਲ ਵੀ ਕਿਹੋ ਇਹਨੂੰ ਨਾ ਲਾਵੋ ਐਸੇ ਤਰ੍ਹਾਂ ਵਧੀਆ ਪਰੌਠਾ ਜਿਹੜਾ ਬਣ ਜਾਂਦਾ ਹੈ ਤੇ ਹਾਲੇ ਇਹਨੂੰ ਪੂਰਾ ਸੇਕ ਨਹੀਂ ਲੱਗਾ ਤੇ ਦੇਖੋ ਤਾਂ ਹੀ ਥੋੜਾ ਜਿਹਾ ਟੁੱਟ ਗਿਆ ਨਾਲ ਉਹ ਦੇਖੋ ਸੇਕ ਨਹੀਂ ਲੱਗਾ ਤੇ ਘੱਟ ਸੇਕ ਲੱਗਾ ਸੀ ਜਿਸ ਗੈਸ ਆਪਾਂ ਘੱਟ ਕੀਤਾ ਸੀ ਤੇ ਦੂਜੇ ਪਾਸੇ ਵੀ ਆਪਾਂ ਘਿਓ ਲਾਤਾ ਤੇ ਇਹਨੂੰ ਹੁਣ ਆਪਾਂ ਸੇਕ ਨੂੰ ਮੀਡੀਅਮ ਰੱਖ ਕੇ ਇਹਨੂੰ ਆਪਾਂ ਪਕਾਉਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਰਾੜਨਾ ਇਹਨੂੰ ਆਪਾਂ ਤੇ ਇਸ ਤਰ੍ਹਾਂ ਦਬਾਦ-ਵਾਕੇ ਨੇ ਜਿੱਦਾਂ ਆਪਾਂ ਰੋਟੀ ਨੂੰ ਰਾੜੀਦਾ ਆ ਸਵਾਰ ਕੇ ਇਹਨੂੰ ਰਾੜਨਾ ਆ ਸੇਕ ਆਪਾਂ ਮੀਡੀਅਮ 'ਤੇ ਰੱਖਿਆ ਹੈ ਮੀਡੀਅਮ ਸੇਕ ਦੇ ਉੱਤੇ ਇਹਨੂੰ ਆਪਾਂ ਰਾੜਨਾ ਹੈ ਬਹੁਤ ਜਲਦੀ ਜਿਹੜੇ ਪਰੌਠੇ ਬਣ ਕੇ ਤਿਆਰ ਹੋ ਜਾਂਦੇ ਕਿਉਂਕਿ ਪਤਲੇ ਜਿਆਦਾ ਹੁੰਦੇ ਆ ਤੇ ਫਟਾਫਟੇ ਬਣ ਜਾਂਦੇ ਆ ਇਹ ਇਸ ਕਰਕੇ ਸੇਕ ਨੂੰ ਮੀਡੀਅਮ ਰੱਖੋ ਅੰਦਰ ਤੱਕ ਇਹਨੂੰ ਪੱਕਣਾ ਚਾਹੀਦਾ ਤੇ ਦੇਖ ਸਕਦੇ ਕਿੰਨੇ ਸੋਹਣੇ ਫੁੱਲ ਕੇ ਪਰੌਠੇ ਆਪਣੇ ਬਣਦੇ ਆ ਇਹ ਬਹੁਤ ਹੀ ਟੇਸਟੀ ਹੁੰਦੇ ਆ ਤੇ ਲਓ ਆਪਾਂ ਇੱਕ ਬਣਾ ਲਿਆ ਆ ਇੱਕ ਆਪਾਂ ਹੋਰ ਬਣਾ ਕੇ ਦਿਖਾ ਦਿੰਨੇ ਆ ਸਾਰੇ ਪਰੌਠੇ ਆਪਾਂ ਇਸ ਤਰ੍ਹਾਂ ਤਿਆਰ ਕਰ ਲੈਣੇ ਤੁਸੀਂ ਉਨਾ ਆਟਾ ਘੋਲੋ ਜਿੰਨੇ ਤੁਹਾਨੂੰ ਪਰੌਠੇ ਚਾਹੀਦੇ ਆ ਦੇਖੋ ਫੇਰ ਆਪਾਂ ਇੱਕ ਕਟਚੀ ਪਾਈ ਇਹਨੂੰ ਆਪਾਂ ਹੁਣ ਕਟਚੀ ਦੇ ਨਾਲ ਫਲਾ ਦਤਾ ਦੋਨੇ ਤਰ੍ਹਾਂ ਆਪਾਂ ਬਣਾ ਕੇ ਦਿਖਾ ਲਦਣਾ ਬਸ ਇਸ ਤਰ੍ਹਾਂ ਇਹਨੂੰ ਵੀ ਸੇਕ ਲੱਗਦਾ ਆ ਤੇ ਇਹਨੂੰ ਵੀ ਪਲਟ ਕੇ ਕੇ ਉਹ ਲਾ ਕੇ ਤੇ ਬਸ ਇਸ ਤਰ੍ਹਾਂ ਦਵਾ ਦਵਾ ਕੇ ਇਹਨੂੰ ਵੀ ਆਪਾਂ ਇਧਰ ਆੜ ਲੈਣਾ ਐ ਐਦਾਂ ਆਪਾਂ ਸਾਰੇ ਪਰੌਤੇ ਜਿਹੜੇ ਤਿਆਰ ਕਰ ਲੈਣੇ ਆ ਨਵੇਂ ਵੀਰ ਜਿਹੜੇ ਚੋੜਦੇ ਮਿਰਚਾਂ ਨੂੰ ਸਬਸਕ੍ਰਾਈਬ ਕਰੋ ਜੀ ਸਪੋਰਟ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਮੈਨੂੰ ਵੀਡੀਓ ਕਿਦਾਂ ਦੀ ਲੱਗੀ ਆ ਤੇ ਆਪਾਂ ਵੀਡੀਓ ਬਿਲਕੁਲ ਆਸਾਨ ਤਰੀਕੇ ਨਾਲ ਬਣਾਈ ਦੀ ਛੋਟੀ ਜਿਹੀ ਰੱਖ ਕੇ ਬਣਾਈ ਦੀ ਹੁੰਦੀ ਆ ਸਪੋਰਟ ਜ਼ਰੂਰ ਕਰਦੇ ਆ ਕਰੋ ਮੇਰੇ ਚੈਨਲ ਨੂੰ ਦੇਖੋ ਜੀ ਇਹ ਵੀ ਰਾੜ ਲਿਆ ਆਪਾਂ ਮੈਂ ਪਲੇਟ ਦੇ ਵਿੱਚ ਹੁਣ ਤੁਹਾਨੂੰ ਰੱਖ ਕੇ ਦਿਖਾ ਦਿਆਂ ਬੱਚਿਆਂ ਦੇ ਟਿਫਨ ਵਿੱਚ ਨਾਸ਼ਤੇ ਵਾਸਤੇ ਆ ਗੈਸਟ ਆਏ ਆ ਤਾਂ ਜਿੱਦਾਂ ਮਰਜੀ ਇਹਨਾਂ ਨੂੰ ਬਣਾ ਕੇ ਤੁਸੀਂ ਫਟਾਫਟ ਤਿਆਰ ਕਰ ਸਕਦੇ ਬਹੁਤ ਨਰਮ ਮਲੈਮ ਜਿਹੜੇ ਇਹ ਪੂੜੀਆਂ ਦੀ ਤਰ੍ਹਾਂ ਬਣ ਕੇ ਪਰੌਠੇ ਆਪਣੇ ਤਿਆਰ ਹੋ ਜਾਂਦੇ ਆ ਤੇ ਬਿਲਕੁਲ ਸੌਖਾ ਤਰੀਕਾ ਜਿੱਦਾਂ ਬੱਚੇ ਬਾਹਰ ਕਾਲਜਾਂ ਚ ਪੜ੍ਹਦੇ ਆ ਤੇ ਉਹਨਾਂ ਤੋਂ ਨਹੀਂ ਹੁੰਦਾ ਇਸ ਤਰ੍ਹਾਂ ਉਹ ਬਣਾ ਕੇ ਖਾ ਸਕਦੇ ਆਲੂ ਵਾਲੇ ਵੀ ਐਡੇ ਬਣਾ ਸਕਦੇ ਆ ਜਿਸ ਦਿਨ ਆਪਾਂ ਆਲੂ ਵਾਲੇ ਬਣਾਵਾਂਗੇ ਤੇ ਲੋ ਜੀ ਪਰੌਠੇ ਆਪਣੇ ਹੋ ਗਏ ਸਾਰੇ ਤਿਆਰ ਵੀਡੀਓ ਦੇਖਣੇ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ